ਸਿੱਧੂ ਮੂਸੇ ਦੇ ਪਰਿਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਮੂਸੇ ਵਾਲੇ ਦੀ ਮਾਤਾ ਦੇ ਦਸਤਖਤ ਨੇ ਜਿਹੜੇ ਫਰਜ਼ੀ ਲਗਾ ਕੇ ਕਿਸੇ ਔਰਤ ਦੇ ਵੱਲੋਂ ਪੈਨਸ਼ਨ ਲਗਵਾਈ ਗਈ ਹੈ। ਦੱਸ ਦਈਏ ਕਿ ਮੂਸੇ ਪਿੰਡ ਦੀ ਸਰਪੰਚ ਹੈ ਮਾਤਾ ਚਰਨ ਕੌਰ, ਅਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਬਲਕੌਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮਾਨਸਾ ਪੁਲਿਸ ਦੇ ਵੱਲੋਂ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਪਰਮਜੀਤ ਕੌਰ ਨਾਂ ਦੀ ਔਰਤ ਹੈ ਜਿਸਦੇ ਦੁਆਰਾ ਪੈਨਸ਼ਨ ਲਗਵਾਈ ਗਈ ਹੈ ਫਰਜ਼ੀ ਸਾਈਨ ਕਰਵਾ ਕੇ, ਪਰ ਬਾਅਦ ਦੇ ਵਿੱਚ ਜਾਂਚ ਪਤਾ ਲੱਗਿਆ ਕਿ ਪਰਮਜੀਤ ਨਾਂ ਦੀ ਕੋਈ ਵੀ ਔਰਤ ਪਿੰਡ ਦੀ ਨਹੀਂ ਹੈ। ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਬਾਰੇ ਪੁਲਿਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਇਸ ਮੌਕੇ ਪੁਲਿਸ ਅਧਿਕਾਰੀ ਨਾਲ ਅਤੇ ਪਿੰਡ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਸ ਘਟਨਾ ਬਾਬਤ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਪਹਿਲੀ ਕੀ ਹੋਇਆ ਸਾਰਾ ਮਾਮਲਾ ਇਹ, ਤੇ ਕਦੋਂ ਦੀ ਗੱਲਬਾਤ ਹੈ ਤੇ ਕਦੋਂ FIR? ਇਹ ਮਸਲਾ ਤਾਂ ਇਹ ਮਹੀਨੇ ਡੇਢ ਮਹੀਨੇ ਦਾ ਮਸਲਾ ਹੈਗਾ, ਤੇ ਇਹ ਨਾ ਕੋਈ ਮਤਲਬ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਵੀਰਪਾਲ ਆਪਣਾ ਸਿੰਘ ਦੇ ਕੋਈ ਬੰਦਾ ਨਾਮ ਦੀ ਕੋਈ ਘਰ ਵਾਲੀ ਹੈ ਆਪਣਾ ਫਾਜ਼ਿਲਕਾ ਦਾ ਪਿੰਡ ਆ ਲਾਧੂ ਕਾ, ਉੱਥੋਂ ਦਾ ਕੋਈ ਲੇਡੀਜ਼ ਹੈ ਇਹ, ਅਤੇ ਮਤਲਬ ਜਾਲੀ ਡਾਕੂਮੈਂਟ ਬਣਾ ਕੇ ਪੈਨਸ਼ਨ ਲਵਾ ਰਿਹਾ ਸੀਗਾ। ਅਤੇ ਜਦੋਂ ਫਾਰਮ CDO ਦਫ਼ਤਰ ਪਹੁੰਚੇ ਤਾਂ ਵੈਰੀਫਿਕੇਸ਼ਨ ਵਾਸਤੇ ਮੂਸੇ ਆਏ, ਅਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਉਹਦੀ ਤਾਂ ਉਹ ਜਾਲੀ ਸੀ ਸਾਰਾ ਕੁਛ। ਤਾਂ ਜਦੋਂ ਅਸੀਂ CDO ਦਫ਼ਤਰ ਪਹੁੰਚੇ ਸਾਰਾ ਰਿਕਾਰਡ ਕਢਾਇਆ ਤਾਂ ਮੋਹਰ ਕਿਹਨੇ ਲਾਈ ਸੀ, ਮੋਹਰ ਵੀ ਜਾਲੀ ਸੀਗੀ। ਤਾਂ ਉਸ ਕਰਕੇ CSB ਦਫ਼ਤਰ ਨੇ ਆਪਣੇ ਮਾਨਸਾ ਨਾਲ ਤਾਲਮੇਲ ਕੀਤਾ, ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ। ਤਾਂ ਅਸੀਂ ਬੈਂਕ ਜਾ ਕੇ ਪਤਾ ਕੀਤਾ ਜਦੋਂ ਵੀ ਉਹ ਖਾਤਾ ਕਿਹੜੇ ਪਿੰਡ ਤੋਂ ਟ੍ਰਾਂਸਫਰ ਹੋਇਆ, ਤਾਂ ਉਹ ਫਾਜ਼ਿਲਕਾ ਦਾ ਸੀਗਾ, ਪਿੰਡ ਲਾਧੂਕਾ ਉੱਥੋਂ ਹੋਇਆ ਸੀ। ਤਾਂ ਇਹ ਅੱਜ ਇਹਦੀ ਛਾਣਬੀਣ ਕਰਕੇ ਮੇਰੇ ਹਿਸਾਬ ਨਾਲ FIR ਹੋਈ ਹੈ, ਅਤੇ ਇਹਦੀ ਅਗਲੀ ਜਿਹੜੀ ਛਾਣਬੀਣ ਹੋਣੀ ਹੈ ਅਗਲੇ ਦਿਨਾਂ 'ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਹੈਗਾ, ਅਤੇ ਉਹ ਪੁਲਿਸ ਲੱਗੀ ਹੋਈ ਹੈ। ਸਰ, ਕੀ ਮਾਮਲਾ ਹੋਇਆ ਮੂਸੇ ਵਾਲੇ ਕੇਸ 'ਚ? ਮੂਸੇ ਵਾਲਾ ਕੇਸ ਇਹ ਹੈ, ਕਿਸੇ ਨਾ ਪਰਮਜੀਤ ਕੌਰ ਵਾਈਫ ਆਫ ਵੀਰਪਾਲ ਸਿੰਘ ਵਾਸੀ ਮੂਸਾ ਦੇ ਨਾਂ 'ਤੇ ਕਿਸੇ ਲੇਡੀ ਨੇ ਅੰਗਹੀਣ ਦੀ ਪੈਨਸ਼ਨ ਲਵਾਉਣ ਵਾਸਤੇ ਅਪਲਾਈ ਕੀਤਾ ਸੀ CDPO ਦਫ਼ਤਰ ਮਾਨਸਾ ਵਿੱਚ। ਉਹਨਾਂ ਨੇ ਸਰਪੰਚ ਦੀ ਮੋਹਰ ਅਤੇ ਦਸਤਖਤ ਵੀ ਜਾਲੀ ਕੀਤੇ, ਬਾਕੀ ਸਾਰੇ ਡਾਕੂਮੈਂਟ ਹੀ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰਤ ਨੇ ਜਿਹੜੇ ਇਹਦੀ। ਫਿਰ ਜਦੋਂ ਉਹਦੇ ਸਰਪੰਚ ਪਿੰਡ 'ਚ ਪਤਾ ਲੱਗਿਆ, ਸਰਪੰਚ ਦੇ ਘਰ ਆਏ ਨੇ ਲੇਡੀ ਸਰਪੰਚ ਆ ਚਰਨ ਕੌਰ, ਉਹਦੇ ਘਰ ਬਲਕੌਰ ਸਿੰਘ ਨੇ ਦਰਖਾਸਤ ਦਿੱਤੀ ਮਾਨਯੋਗ SSP ਸਾਹਿਬ ਨੂੰ, SSP ਸਾਹਿਬ ਨੇ ਅੱਗੇ ਡਿਪਟੀ ਸਾਹਿਬ ਨੇ ਇਹਦੀ ਪੜਤਾਲ ਕੀਤੀ, ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਗਏ, ਜਿਹਦੀ ਪੜਤਾਲ ਉਪਰੰਤ ਇਹ ਮਾਮਲਾ ਦਰਜ ਕੀਤਾ ਵੀ ਕਿਸੇ ਨਾਮ ਨੂੰ ਔਰਤ ਨੇ ਆਪਣੀ ਅੰਗਹੀਣ ਪੈਨਸ਼ਨ ਲਵਾਉਣ ਵਾਸਤੇ ਸਾਰਾ ਜਾਲੀ ਡਾਕੂਮੈਂਟ ਤਿਆਰ ਕੀਤੇ, ਜਿਸ ਸੰਬੰਧੀ ਅਸੀਂ FIR ਦਰਜ ਕਰ ਲਈ, ਅੱਗੇ ਤਫਤੀਸ਼ ਜਾਰੀ।